खबर पंजाब से है, जहां कांग्रेस के विधायक राणा गुर्जर सिंह, उनके पुत्र सुल्तानपुर लोधी से आजाद विधायक राणा इंदर प्रताप और उनकी धर्म पत्नी राणा राजवंश ने कपूरथला में अपने वोटों का प्रयोग किया। इस दौरान राणा गुरजीत सिंह ने लोकसभा से कुलबीर जीरा की जीत का दावा करते हुए कहा कि पंजाब में कांग्रेस से 7 से 8 सीट जीतेगी। शिरोमणि अकाली दल और बीजेपी को एक एक सीट मिल रही सकती है। वहीं उन्होंने कहा कि देश स्तर पर इंडिया गठबंधन जारी रहेगा, लेकिन मैं आम आदमी पार्टी का विरोध जारी रहेगा। कपूरथला से अजय सबरवाल की रिपोर्ट। ਅਸੀਂ ਜ਼ੀਰਾ ਦੀ ਡਟ ਕੇ ਮਦਦ ਕੀਤੀ ਆ ਔਰ ਜ਼ੀਰਾ ਜੀ ਬਹੁਤ ਅੱਛੀਆਂ ਵੋਟਾਂ ਨਾਲ ਇਹਨਾਂ ਦੋਵੇਂ ਸੀਟਾਂ 'ਤੇ ਜਿੱਤਣਗੇ। ਔਰ ਮਾਝੇ 'ਚ ਵੀ ਮੈਂ ਦੇਖਿਆ ਕਿ ਲੋਕਾਂ ਦਾ ਰੁਝਾਨ ਬਹੁਤ ਅੱਛਾ ਕਾਂਗਰਸ ਪ੍ਰਤੀ, ਔਰ ਇੱਕੋ ਇੱਕ ਪਾਰਟੀ ਹੈ ਕਾਂਗਰਸ ਪਾਰਟੀ ਜਿਹਨੂੰ ਲੋਕਾਂ ਨੇ ਜ਼ਿਆਦਾ ਵੋਟਾਂ ਪਾਉਣੀਆਂ। ਪੰਜਾਬ ਦੇ ਵਿੱਚ ਕੀ ਦੇਖਦੇ ਹੋ 13 ਸੀਟਾਂ ਦੇ ਵਿੱਚ? 13 'ਚ ਕਿਹਦੀਆਂ ਦੱਸਾਂ? ਬੀਜੇਪੀ ਦੀਆਂ ਦੱਸਾਂ, ਕਾਂਗਰਸ ਦੀਆਂ ਵੀ ਦੱਸ ਦਿਓ। ਕਾਂਗਰਸ ਦੀਆਂ 7 ਤੋਂ 8 ਵੋਟਾਂ ਸੀਟਾਂ ਸਾਡੀਆਂ, ਬਾਕੀ ਤੇ ਬਾਕੀ ਬਚੇ ਚੋਂ ਬਾਕੀ ਇੱਕ ਮੇਰੇ ਖਿਆਲ ਸ਼ਾਇਦ ਬਾਦਲ ਸਾਹਿਬ ਖਾਤਾ ਖੋਲ ਲੈਣ, ਸ਼ਾਇਦ ਬੀਜੇਪੀ ਵੀ ਖਾਤਾ ਖੋਲ ਲੈ। ਖਡੂਰ ਸਾਹਿਬ ਹਲਕੇ ਦੇ ਵਿੱਚ ਮੇਨ ਜਿਹੜੀ ਫਾਈਟ ਤੁਸੀਂ ਕਿਸ ਨਾਲ ਮੰਨਦੇ ਸੀਗੇ? ਜੀਰਾ ਜੀ ਦੀ ਜਿਹੜੀ ਫਾਈਟ ਆ ਕਾਂਗਰਸ ਦੀ ਜਿਹੜੀ ਫਾਈਟ ਸੀ ਉਹ ਬੀਜੇਪੀ ਨਾਲ ਸੀ, ਅਕਾਲੀ ਦਲ ਨਾਲ ਸੀ, ਆਮ ਆਦਮੀ ਪਾਰਟੀ ਨਾਲ ਸੀ ਜਾਂ ਅੰਮ੍ਰਿਤਪਾਲ ਸਿੰਘ ਨਾਲ ਸੀ? ਦੇਖੋ ਸ਼ਾਮ ਤਾਈਂ ਕਾਫੀ ਕੁਛ ਕਲੀਅਰ ਹੋ ਜਾਊਗਾ ਔਰ 4 ਤਰੀਕ ਨੂੰ ਤੁਹਾਨੂੰ ਨਤੀਜੇ ਮਿਲ ਜਾਣੇ ਆ। ਜੀਰਾ ਜੀ ਜਿੱਤ ਕੇ ਆਉਣਗੇ। ਅਸੀਂ ਜ਼ੀਰਾ ਦੀ ਡਟ ਕੇ ਮਦਦ ਕੀਤੀ ਆ ਔਰ ਜ਼ੀਰਾ ਜੀ। ਬੜੇ ਪੰਜਾਬ ਦੀ ਅਗਲੀ ਖਬਰ ਕੀ ਹੋਰ, ਤਰਨਤਾਰਨ ਕੇ ਲੋਕ ਸਭਾ ਹਲਕਾ ਖਡੂਰ ਸਾਹਿਬ ਮੇ ਵੋਟ ਡਾਲਨੇ ਕੇ ਲਿਏ ਲੋਕ ਸਭੋ ਸੇ ਸ਼ਾਂਤੀਪੂਰਨ ਮਤਦਾਨ ਕੀ ਹੈ, ਲੇਕਿਨ ਇਸੀ ਬੀਚ ਗਾਂਵ ਖੰਬੇ ਡੋਗਰਾ ਮੇ ਕੁਛ ਲੋਗੋ ਨੇ ਬੂਥ ਲੂਟਨੇ ਕਾ ਪ੍ਰਯਾਸ ਕੀਆ, ਜਿਸਕੀ ਜਾਣਕਾਰੀ ਮਿਲਤੇ ਹੀ ਬੀਜੇਪੀ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਮੌਕੇ ਪਰ ਪਹੁੰਚੇ ਔਰ ਥਾਣਾ ਸਦਰ ਪੁਲਿਸ ਕੋ ਜਾਣਕਾਰੀ ਦੀ। ਮੌਕੇ ਪਰ ਪਹੁੰਚੀ ਪੁਲਿਸ ਨੇ ਉਪਜੇ ਹੰਗਾਮੇ ਕੋ ਸ਼ਾਂਤ ਕਰਵਾਇਆ ਔਰ ਲੂਟਨੇ ਵਾਲੇ ਕੇ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰਦੀ ਹੈ। ਤਰਨ ਤਾਰਨ ਸੇ ਜਸਵੀਰ ਸਿੰਘ ਕੀ ਰਿਪੋਰਟ। ਪ੍ਰਧਾਨ ਵੀ ਆ ਭਾਰਤੀ ਜਨਤਾ ਪਾਰਟੀ ਅਤੇ ਮੈਂ ਖੱਬੇ ਡੋਗਰ ਆਇਆ ਅਤੇ ਕੁਝ ਇੱਥੋਂ ਦੇ ਲੋਕਾਂ ਨੇ ਸਰਦਾਰ ਗੋਰਾ ਸਿੰਘ ਹੋਣੀ ਸਮੁੱਚੇ ਪਰਿਵਾਰ ਨੇ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਇੱਥੇ ਰੁੱਖ ਲਾਇਆ ਸੀ, ਇਹਨਾਂ ਨੂੰ ਆ ਕੇ ਕੁਝ ਪਿੰਡ ਦੇ ਲੋਕਾਂ ਨੇ ਠੁੱਡ ਵੀ ਮਾਰੇ, ਇਹਨਾਂ ਦੇ ਗਲਾਂ 'ਚ ਵੀ ਗਲਾਂ ਨੂੰ ਵੀ ਹੱਥ ਮਾਰੇ, ਜੋ ਵੀ ਕਰ ਸਕਦੇ ਉਹਨਾਂ ਨੇ ਪੂਰਾ ਕੀਤਾ। ਇੱਥੋਂ ਤੱਕ ਉਮੀਦਵਾਰ ਦੇ ਪੋਸਟਰ ਤੱਕ ਲੱਗੇ ਸੀ, ਉਹ ਵੀ ਪਾੜ ਕੇ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਨਿਸ਼ਾਨ 'ਚ ਉਹ ਵੀ ਝੋਲੇ ਮਿਲੇ ਸੀ ਸਾਰੇ ਖੋਹ ਕੇ ਲੈ ਗਏ ਕਿ ਅਸੀਂ ਇਸ ਨਗਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਬੂਥ ਨਹੀਂ ਲੱਗਣ ਦੇਣਾ। ਵਿਚਾਰਿਆਂ ਨੇ ਸਾਰਾ ਆ ਦੇਖੋ ਪਾਣੀ ਆਏ ਗਏ ਲੋਕ ਸਾਰੇ ਗਰੀਬ ਭਾਈਚਾਰੇ ਦੇ ਇਕੱਠੇ ਹੋਏ ਸੀ ਅਤੇ ਪੂਰਾ ਡਰਾ ਧਮਕਾ ਕੇ ਲੋਕਾਂ ਨੂੰ ਘਰਾਂ 'ਚ ਵਾੜ ਦਿੱਤਾ। ਅਸੀਂ ਵੀ ਬੂਥ ਲਾਉਣ ਗਏ ਹਾਂ ਜੀ, ਸੜਕ ਦੇ ਉੱਤੇ ਤਾਂ ਨਾ ਲਾਉਣ ਨਹੀਂ ਦਿੱਤਾ, ਸਾਨੂੰ ਸਾਰਿਆਂ ਦੀ ਸਲਾਹ ਲਈ ਪਹਿਲਾਂ ਅਤੇ ਡਰਾ ਕੱਲ੍ਹ ਦੀਆਂ ਧਮਕੀਆਂ ਦਿੰਦੇ ਸੀ। ਅਸੀਂ ਖੀਰ ਦੀ ਬਾਕੀ ਆਪਣੇ ਘਰ ਦੇ ਵਿੱਚ ਬੂਥ ਲਾ ਕੇ ਅਤੇ ਜਿਹੜੀਆਂ ਵੋਟਾਂ ਪਵਾਉਣ ਡਏ ਹਾਂ ਇਹ ਆਣ ਕੇ ਇਕੱਠੇ ਹੋ ਗਏ ਸਾਰੇ, ਨਾਲੇ ਗਲ ਪੈ ਗਏ ਅਤੇ ਨਾਲੇ ਪਾਣੀ ਨੂੰ ਫੁੱਟ ਮਾਰ ਗਏ ਆ ਅਤੇ ਜਿਹੜੇ ਉਹ ਝੋਲੇ ਸਾਡੇ ਖੋਹ ਕੇ ਲੈ ਗਏ ਆ ਵੋਟਾਂ ਵਾਲੇ,
ਤੇ ਇਹਨਾਂ ਨੇ ਪੋਸਟ ਵੀ ਪਾੜ ਕੇ ਸਾਡੇ ਇਸ਼ਤਿਹਾਰ ਜੋ ਪੰਜ ਛੇ ਜਣੇ ਆਏ ਆ ਇਕੱਠੇ ਹੋ ਕੇ ਇੱਧਰ ਸੜਕ ਵੱਲੋਂ ਉਹਦੇ ਵੋਟਾਂ ਪੈਣ ਦੇਣਾ ਤਾਂ ਕੇ ਸਾਰਾ ਸਮਾਨ ਚੁੱਕ ਕੇ ਜੋ ਲਾਇਆ ਕੰਧਾਂ ਨੂੰ ਪੋਸਟ ਪਾਸਟ ਲਾ ਕੇ ਪਾੜ ਕੇ ਗਲਾਂ ਦੇ ਤੂੰ ਕੁੱਤਾ ਚੂੜਾ ਗੰਦ ਪਾਇਆ ਇਹਨੂੰ ਨੀ ਪਤਾ ਬਣਾ ਜਿੱਥੇ ਮਰਜ਼ੀ ਜਦੀ ਗੱਲ ਉੱਥੇ ਆਣ ਕੇ ਪੈ ਸਾਰਾ ਸਮਾਨ ਹਜੇ ਤੱਕ ਜਿਹੜੀ ਹੈ ਸਾਰੇ ਡਿਸਟ੍ਰਿਕਟ 'ਚ 27-30% ਦੇ ਵਿੱਚ ਜਿਹੜੀ ਪੋਲਿੰਗ ਹੁੰਦੀ ਹੈ ਅਤੇ ਅਸੀਂ ਐਕਸਪੈਕਟ ਕਰਦੇ ਹਾਂ ਕਿ 12-3 ਥੋੜ੍ਹੀ ਜਿਹੀ ਢਿੱਲੀ ਰਹੇਗੀ, 3 ਵਜੇ ਤੋਂ ਬਾਅਦ ਫਿਰ ਜ਼ੋਰ ਫੜੇਗੀ। ਇੱਕਾ ਦੁੱਕਾ ਮਾੜਾ ਮੋਟਾ ਕਿਤੇ ਆਪਸ 'ਚ ਖਹਿਬਾਜ਼ੀ ਜਿਵੇਂ ਪਿੰਡਾਂ 'ਚ ਹੁੰਦੀ ਹੈ ਉਹ ਹੈਗੀ ਹੈ, ਬਾਕੀ ਪੀਸਫੁਲੀ ਚੱਲ ਰਹੀ। ਇਹ ਪਿੰਡ 'ਚ ਕੀ ਗੱਲਬਾਤ ਹੋਈ ਹੈ? ਉਹ ਇੱਥੇ ਉਹਦੀ ਘਰੇ ਕਿਸੇ ਨੇ ਆਪਣਾ ਬੂਥ ਬਾਥ ਲਾਇਆ ਹੋਇਆ ਸੀ, ਉਹ ਕਹਿੰਦੇ ਉੱਥੇ ਛਬੀਲ ਦਾ ਪਾਣੀ ਪੂਣੀ ਰੋੜ ਕੇ ਸਮੱਗਰੀ ਸਮੁਗਰੀ ਲੈ ਗਏ ਆ, ਉਹ SHO 'ਤੇ ਉਹ ਕਰਵਾ ਰਹੇ। ਲੋਕ ਸਭਾ ਹਲਕਾ ਫਿਰੋਜ਼ਪੁਰ ਸੇ ਬਸਪਾ ਕੇ ਪ੍ਰਤਿਆਸ਼ੀ ਸੁਰਿੰਦਰ ਸਿੰਘ ਕੰਬੋਜ ਪਰ ਗੁਰੂ ਹਰਸਹਾਇ ਵਿਧਾਨ ਸਭਾ ਹਲਕਾ ਕੇ ਗਾਉ ਜੀਵਨ ਨਾਰਾਇਣ ਮੇ ਮਤਦਾਨ ਕੇ ਦੌਰਾਨ ਵੀਡੀਓ ਬਣਾਨੇ ਔਰ ਉਸੇ ਸਾਰਵਜਨਿਕ ਕਰਨੇ ਕੇ ਆਰੋਪ ਮੇ ਥਾਨੇ ਮੇ ਮੁਕਦਮਾ ਦਰਜ ਕਰ ਲਿਆ ਗਯਾ ਹੈ। ਇਸ ਮਾਮਲੇ ਮੇ ਰਿਟਰਨਿੰਗ ਆਫਿਸਰ ਰਾਜੇਸ਼ ਧੀਮਾਨ ਨੇ ਬਤਾਇਆ ਕਿ ਸੋਸ਼ਲ ਮੀਡੀਆ ਕੇ ਮਾਧਿਅਮ ਸੇ ਉਨਕੇ ਧਿਆਨ ਮੇ ਆਇਆ ਹੈ ਕਿ ਇਸ ਨਿਰਵਾਚਨ ਖੇਤਰ ਸੇ ਬਸਪਾ ਕੇ ਟਿਕਟ ਪਰ ਚੁਣਾਵ ਲੜ ਰਹੇ ਉਮੀਦਵਾਰ ਸੁਰਿੰਦਰ ਸਿੰਘ ਕੰਬੋਜ ਵੋਟ ਡਾਲਨੇ ਗਏ जिसका एक वीडियो वायरल हुआ है, जिस पर तुरंत कार्रवाई करते हुए थाना गुरसराय में मुकदमा दर्ज किया गया है। श्री महाकाल लोक टीवी के फिरोजपुर से सुखचंद सिंह की रिपोर्ट। आज फिरोजपुर विखे बहुजन समाज पार्टी दे उम्मीदवार श्री सुरेंद्र कंबोज जी के खिलाफ एक FIR दर्ज की गई है, क्योंकि उन्होंने जो वोट पाने गए तो उसकी वीडियो बनाई तो वोट पाते हुए ਵੀਡੀਓ ਬਣਾ ਕੇ ਉਹ ਜਨਤਕ ਕੀਤਾ, ਜਿਹੜਾ ਕਿ ਕਾਨੂੰਨ ਮੁਤਾਬਿਕ ਗਲਤ ਹੈ ਅਤੇ ਰਿਪ੍ਰੈਜੈਂਟੇਸ਼ਨ ਆਫ ਪੀਪਲ ਐਕਟ ਅਤੇ IPC ਦੇ ਤਹਿਤ ਅਸੀਂ 98 ਨੰਬਰ FIR ਗੁਰੂਵਾਰ ਸਾਹਿਬ 'ਚ ਅਸੀਂ ਦਰਜ ਕੀਤੀ ਹੈ। ਅਤੇ ਬਾਕੀ ਸਾਰੇ ਉਮੀਦਵਾਰਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਵੀ ਕੋਈ ਵੀ ਅਜਿਹਾ ਉਹ ਕਾਰਨ ਨਾ ਕਰਨ ਜਿਹਦੇ ਨਾਲ ਸੰਵਿਧਾਨ ਦੀ ਸਾਡੇ ਕਾਨੂੰਨ ਦੀ ਉਲੰਘਣਾ ਹੋਵੇ, ਤਾਂ ਕਿ ਸਾਨੂੰ ਫਿਰ ਤੁਹਾਡੇ ਖਿਲਾਫ਼ ਵੀ ਕੋਈ ਇਹੋ ਜਿਹੀ ਕਾਰਵਾਈ ਕਰਨੀ ਪਵੇ। ਇਹਨਾਂ ਸ਼ਬਦਾਂ ਦੇ ਨਾਲ ਹੀ ਅਸੀਂ ਆ ਸਕਦੇ ਹਾਂ ਕਿ ਬਾਕੀ ਸਾਰੇ ਉਮੀਦਵਾਰ ਵੀ ਸਾਰੇ ਕਾਨੂੰਨ ਦੀ ਪਾਲਣਾ ਕਰਨਗੇ। ਧੰਨਵਾਦ। ਜੈ ਹਿੰਦ। ਅੱਜ